ਮੈਂ ਸਤਨਾਮ ਸਿੰਘ ਬਹਿਰੂ, ਕਿਸਾਨ ਮੋਰਚੇ ਦਾ ਇੱਕ ਸਿਪਾਹੀ ਹੋਣ ਦੇ ਨਾਤੇ ਭਾਰਤ ਦੀ ਖੇਤੀ ਨੀਤੀ ਬਾਰੇ ਦੇਸ਼ ਦੇ ਲੋਕਾਂ ਨੂੰ, ਕਿਸਾਨਾਂ ਨੂੰ ਵਿਸ਼ੇਸ਼ ਕਰਕੇ ਦੱਸਣਾ ਚਾਹੁੰਦਾ ਵਾਂ। ਅੱਜ ਤੀਕਰ 47 ਤੋਂ ਪਿੱਛੋਂ ਬਹੁਤ ਸਾਰੇ ਪ੍ਰਧਾਨ ਮੰਤਰੀ ਆਏ, ਉਹਨਾਂ ਦੀ ਅਗਵਾਈ ਵਿੱਚ ਦੇਸ਼ ਦੀ ਸਰਕਾਰ ਬਣਦੀ ਰਹੀ, ਪਰ ਅੱਜ ਤੀਕਰ ਵਿਗਿਆਨਕ ਢੰਗ ਨਾਲ ਖੇਤੀ ਨੀਤੀ ਕਿਸੇ ਵੀ ਪ੍ਰਧਾਨ ਮੰਤਰੀ ਨੇ ਇਮਾਨਦਾਰੀ ਨਾਲ ਕੰਮ ਨਹੀਂ ਕੀਤਾ। ਵਿਗਿਆਨਕ ਢੰਗ ਨਾਲ ਜਿੰਨੇ ਖੇਤੀ ਉੱਤੇ ਖਰਚੇ ਆਉਂਦੇ ਨੇ, ਉਸ ਢੰਗ ਨਾਲ ਖੇਤੀ ਨੀਤੀ ਤੈਅ ਨਹੀਂ ਹੋਈ। ਮੈਂ ਦੱਸਣਾ ਚਾਹੁੰਦਾ ਵਾਂ, ਜਦੋਂ ਇਸੇ ਤਰ੍ਹਾਂ ਦਾ ਇੱਕ ਸੰਖੇਪ ਜਿਹਾ ਕਿਸਾਨ ਅੰਦੋਲਨ 2004 ਵਿੱਚ ਹੋਇਆ, ਡਾਕਟਰ ਮਨਮੋਹਨ ਸਿੰਘ ਦੇਸ਼ ਦਾ ਪ੍ਰਧਾਨ ਮੰਤਰੀ ਸੀ, ਅਤੇ ਅਸੀਂ ਦੇਸ਼ ਦੇ ਕਿਸਾਨਾਂ ਨੇ ਗਿਲਾ ਕੀਤਾ ਵੀ ਬਹੁਤ ਲੰਮਾ ਸਮਾਂ ਹੋ ਗਿਆ, ਦੇਸ਼ ਦੀ ਖੇਤੀ ਨੀਤੀ ਉੱਤੇ ਵਿਗਿਆਨਕ ਢੰਗ ਨਾਲ ਇਹ ਤੈਅ ਕਿਉਂ ਨਹੀਂ ਹੁੰਦੀ। ਤਾਂ ਉਹਨਾਂ ਨੇ ਸਾਡੀ ਗੱਲ ਮੰਨਦਿਆਂ MS ਸਵਾਮੀਨਾਥਨ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾ ਦਿੱਤੀ। ਉਸ ਕਮੇਟੀ ਨੂੰ ਕੰਮ ਸੌਂਪਿਆ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀ ਦੇਸ਼ ਦੀ ਖੇਤੀ ਨੀਤੀ ਕਿਹੋ ਜਿਹੀ ਹੋਵੇ, ਕਿਸਾਨ ਘਾਟੇ ਜਾ ਰਿਹਾ ਹੈ, ਖੁਦਕਸ਼ੀਆਂ ਕੱਟ ਰਿਹਾ, ਇਹਨੂੰ ਕਿਵੇਂ ਕੱਢਿਆ ਜਾਏ। ਅਤੇ ਦੇਸ਼ ਦੀ ਜਿਹੜੀ ਇਹ ਖੇਤੀ ਨੀਤੀ ਬਾਰੇ ਕਮੇਟੀ ਬਣੀ MS ਸਵਾਮੀਨਾਥਨ, ਉਹ ਪਹਿਲੀ ਵਾਰ ਸਰ ਛੋਟੂ ਰਾਮ ਤੋਂ ਪਿੱਛੋਂ ਇੱਕ ਇਮਾਨਦਾਰ ਬੰਦਾ ਆਇਆ, ਜਿਹਨੇ 2 ਸਾਲ ਯੂਨੀਵਰਸਿਟੀਆਂ ਦੇ ਮਾਹਿਰਾਂ ਕੋਲ ਗਿਆ ਔਰ ਦੇਸ਼ ਦੇ ਕਿਸਾਨਾਂ ਦੀਆਂ ਖੇਤਾਂ ਵਿੱਚ ਜਾ ਕੇ ਗੱਲ ਕੀਤੀ ਅਤੇ ਉਹਨਾਂ ਦੇ ਸੁਝਾਅ ਇਕੱਠੇ ਕਰਕੇ ਉਦੋਂ ਦੀ ਸਰਕਾਰ, ਮਨਮੋਹਨ ਸਿੰਘ ਦੀ ਸਰਕਾਰ ਨੂੰ 2006 ਵਿੱਚ ਇੱਕ ਰਿਪੋਰਟ ਦੇ ਦਿੱਤੀ 5 ਜਿਲਦਾਂ ਦੀ। ਉਹਨੇ ਇੱਥੋਂ ਸ਼ੁਰੂ ਕੀਤਾ ਕਿ ਦੇਸ਼ ਦੇ ਕਿਸਾਨ ਨੂੰ ਬਚਾਉਣਾ ਹੈ ਅਤੇ ਮੇਰੀ ਰਿਪੋਰਟ ਇਨ ਬਿਨ ਤੁਰੰਤ ਲਾਗੂ ਹੋਣੀ ਚਾਹੀਦੀ ਹੈ। ਪਰ ਦੁੱਖ ਇਸ ਗੱਲ ਦਾ ਸੀ ਵੀ ਪ੍ਰਧਾਨ ਮੰਤਰੀ ਨੇ ਆਪਦੀ ਬਣਾਈ ਹੋਈ ਕਮੇਟੀ ਦੀ ਰਿਪੋਰਟ ਨੂੰ ਠੰਡੇ ਬਸਤੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ। 2007 ਵਿੱਚ ਅਸੀਂ ਕੁਝ ਪਾਰਲੀਮੈਂਟ ਮੈਂਬਰਾਂ ਤੋਂ ਪਾਰਲੀਮੈਂਟ 'ਚ ਰੌਲਾ ਪੁਆਇਆ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਉੱਠ ਕੇ ਇੱਕ ਬਿਆਨ ਦਿੱਤਾ ਵੱਡੀ ਪੰਚਾਇਤ ਵਿੱਚ, ਮੇਰੀ ਸਰਕਾਰ ਨੂੰ ਮੌਕਾ ਦਿਓ 6 ਮਹੀਨੇ ਦਾ, ਮੈਂ ਇਹਨੂੰ ਇਨ ਬਿਨ ਲਾਗੂ ਕਰਾਂਗਾ। ਪਰ ਪ੍ਰਣਾਲਾ ਉੱਥੇ ਦਾ ਉੱਥੇ ਰਿਹਾ, ਇਸ ਕਮੇਟੀ ਨੂੰ, MS ਸਵਾਮੀਨਾਥਨ ਦੀ ਕਮੇਟੀ ਨੂੰ ਲਾਗੂ ਕਰਵਾਉਣ ਵਾਸਤੇ ਸਤਨਾਮ ਸਿੰਘ ਬਹਿਰੂ ਦੇ ਦਸਤਖਤਾਂ ਥੱਲੇ ਸੁਪਰੀਮ ਕੋਰਟ ਦੇ ਵਿੱਚ ਕਿਸਾਨਾਂ ਦਾ ਪੱਖ ਰੱਖਿਆ ਵੀ ਖੁਦਕਸ਼ੀਆਂ ਕਿਉਂ ਹੋ ਰਹੀਆਂ ਨੇ, ਵਿਗਿਆਨਕ ਢੰਗ ਨਾਲ ਖੇਤੀ ਨੀਤੀ ਕਿਉਂ ਨਹੀਂ ਬਣ ਰਹੀ। MS ਸਵਾਮੀਨਾਥਨ ਕੋਈ ਛੋਟਾ ਬੰਦਾ ਨਹੀਂ, ਵੀ ਇਹ ਕਮੇਟੀ ਜੇ ਬਣੀ ਇਹਦੀ ਰਿਪੋਰਟ ਦੱਬੀ ਕਿਉਂ ਗਈ। ਮਾਣਯੋਗ ਸੁਪਰੀਮ ਕੋਰਟ ਨੇ ਉਦੋਂ ਦੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰਕੇ ਜਵਾਬ ਤਲਬੀ ਕੀਤੀ ਅਤੇ ਜਵਾਬ ਕੋਈ ਹੈ ਨਹੀਂ ਸੀ, ਟਾਲ ਮਟੋਲ ਦੀ ਨੀਤੀ ਚੱਲਦੀ ਰਹੀ ਅਤੇ ਕਾਂਗਰਸ ਪੂਰੀ 100% ਇਸ ਮਸਲੇ 'ਤੇ ਬਦਲਾਵ ਹੋ ਗਈ। 2014 ਵਿੱਚ ਜਦੋਂ ਪਾਰਲੀਮੈਂਟ ਚੋਣਾਂ ਆਈਆਂ ਅਤੇ ਇਸ ਮੇਰੀ ਰਿਟ ਪਟੀਸ਼ਨ ਦਾ ਫਾਇਦਾ ਉਠਾਉਂਦਿਆਂ BJP ਨੇ ਦੇਸ਼ ਦੇ ਕਿਸਾਨਾਂ ਨਾਲ ਵਾਅਦਾ ਕੀਤਾ, ਜਿਹੜਾ ਸੋਨੀਆ ਗਾਂਧੀ ਨੇ ਜਾਂ ਮਨਮੋਹਨ ਸਿੰਘ ਨੇ ਕਮੇਟੀ ਉੱਤੇ ਅਮਲ ਵੀ ਕੀਤਾ, ਸਾਨੂੰ ਲੈ ਕੇ ਆਵੋ ਸਵਾਮੀਨਾਥਨ, ਅਸੀਂ 100% ਲਾਗੂ ਕਰਾਂਗੇ। ਦੇਸ਼ ਦੇ ਕਿਸਾਨ ਉਹਦੇ ਚੱਕਰ ਵਿੱਚ ਫਸ ਗਏ, ਉਹਦੇ ਵਾਅਦੇ ਵਿੱਚ ਆ ਗਏ। ਚੋਣ ਮਨੋਰਥ ਪੱਤਰ ਵਿੱਚ BJP ਨੇ ਵਾਅਦਾ ਕਰ ਦਿਆ ਸੀ 2014 ਵਿੱਚ, ਸਾਨੂੰ ਲੈ ਕੇ ਆਓ, ਅਸੀਂ ਲੋਕਾਂ ਨੇ ਵੋਟਾਂ ਪਾ ਦਿੱਤੀਆਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣ ਗਿਆ। ਅਤੇ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਗਿਆ, ਫਿਰ ਮੈਂ ਆਪਣੇ ਵਕੀਲਾਂ ਨੂੰ ਦੱਸਿਆ ਵੀ ਹੁਣ ਆਪਣਾ ਕੰਮ ਸੌਖਾ ਹੋ ਜਾਏਗਾ, ਸੁਪਰੀਮ ਕੋਰਟ ਮਾਣਯੋਗ ਅਦਾਲਤ ਦੇ ਸਾਹਮਣੇ ਸਾਡਾ ਪੱਖ ਮਜ਼ਬੂਤ ਹੋ ਜਾਏਗਾ ਕਿ ਕੋਈ ਕੌਮੀ ਪਾਰਟੀ ਨੇ ਦੇਸ਼ ਦੇ ਕਿਸਾਨਾਂ ਨਾਲ ਆਪਣੇ ਚੋਣ ਵਾਅਦੇ ਰਾਹੀਂ, ਚੋਣ ਮਨੋਰਥ ਪੱਤਰ ਰਾਹੀਂ BJP ਨੇ ਵਾਅਦਾ ਕਰ ਲਿਆ ਵੀ ਸਾਨੂੰ ਲੈ ਕੇ ਆਓ, ਅਸੀਂ MS ਸਵਾਮੀਨਾਥਨ ਦੇਸ਼ ਦੀ ਖੇਤੀ ਨੀਤੀ ਉੱਤੇ ਜਿਹੜਾ ਕਿਸਾਨਾਂ ਦੇ ਹੱਕ 'ਚ ਇਨਕਲਾਬੀ ਰਿਪੋਰਟ ਆਈ ਉਹ ਲਾਗੂ ਕਰਾਂਗੇ। ਮੈਂ ਉਹ ਚੋਣ ਮਨੋਰਥ ਪੱਤਰ ਆਪਣੀ ਰਿਟ ਪਟੀਸ਼ਨ ਦੇ ਨਾਲ ਲਾ ਦਿੱਤਾ। ਕੋਈ ਸਮੇਂ ਬਾਅਦ ਜਦੋਂ ਮਾਣਯੋਗ ਅਦਾਲਤ ਨੇ 3 ਜੱਜਾਂ ਵਾਲੇ ਡਿਵੀਜ਼ਨ ਬੈਂਚ ਨੇ ਕੇਸ ਸੁਣਿਆ ਅਤੇ ਮੇਰੇ ਵਕੀਲਾਂ ਨੇ ਇਹ ਦਲੀਲ ਦਿੱਤੀ ਵੀ ਇਹ ਤਾਂ ਬਹੁਤ ਵੱਡਾ ਦਸਤਾਵੇਜ਼ ਬਣ ਗਿਆ ਮਾਣਯੋਗ ਅਦਾਲਤ ਦੇ ਸਾਹਮਣੇ, ਇਹ ਪੜ੍ਹਨ ਲੱਗਿਆ ਬਹੁਤ ਟਾਈਮ ਲੱਗੇਗਾ, ਹਫ਼ਤਾ ਲੱਗ ਸਕਦਾ ਹੈ, ਤੁਸੀਂ ਪੇਜ ਨੰਬਰ ਇੰਨੇ ਨੇ ਪੜ੍ਹ ਲਓ ਅਤੇ ਉਹਦੇ 'ਤੇ ਸਾਰਾ ਤੁਹਾਨੂੰ ਪਤਾ ਲੱਗ ਜਾਏਗਾ। ਜਦੋਂ ਮਾਣਯੋਗ ਜੱਜਾਂ ਨੇ ਉਹ ਭਾਰਤੀ ਜਨਤਾ ਪਾਰਟੀ ਦਾ ਚੋਣ ਮਨੋਰਥ ਵਾਅਦਾ ਪੜ੍ਹਿਆ ਅਤੇ 2-3 ਜੱਜਾਂ ਨੇ ਇੱਕ ਆਰਡਰ ਕਰ ਦਿੱਤਾ, ਨਰਿੰਦਰ ਮੋਦੀ ਦੀ ਅਗਵਾਈ ਨੂੰ ਇੱਕ ਡਾਇਰੈਕਸ਼ਨ ਦੇ ਦਿੱਤੀ ਭਾਰਤ ਸਰਕਾਰ ਨੂੰ ਵੀ ਹੁਣ ਕੋਈ ਗੁੰਜਾਇਸ਼ ਨਹੀਂ, ਤੁਸੀਂ ਕਰੋੜਾਂ ਕਿਸਾਨਾਂ ਨਾਲ ਵਾਅਦਾ ਕੀਤਾ ਹੈ ਅਤੇ ਤੁਸੀਂ ਉਸ ਵਾਅਦੇ 'ਤੇ ਉੱਤੇ ਪੂਰਾ ਉਤਰੋ। ਉਸ ਆਰਡਰ ਦੇ ਮੁਤਾਬਕ ਹੋਣਾ ਤਾਂ ਇਹ ਚਾਹੀਦਾ ਸੀ, ਇੱਕ
ਹਲਫਨਾਮਾ ਦੇ ਕੇ ਜੋ ਕੋਰਟ ਮੰਗ ਰਹੀ ਸੀ ਉਹਨਾਂ ਤੋਂ ਹਲਫਨਾਮੇ ਦੀ ਬਜਾਏ ਕਾਫੀ ਸਮਾਂ ਦੋ ਤਿੰਨ ਪੇਸ਼ੀਆਂ ਪੈਸ਼ੀਆਂ ਲੈਂਦੇ ਰਹੇ। ਕਦੇ ਕਹਿੰਦੇ ਨੇ ਵੀ ਕ੍ਰਿਸ਼ੀ ਵਿਭਾਗ ਨੂੰ ਗਿਆ ਹੋਇਆ, ਹਲਫਨਾਮਾ ਤਿਆਰ ਨਹੀਂ ਹੋਇਆ। ਕਦੇ ਸਾਰਾ ਲਿਆ ਵੀ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਹੈ, ਥੋੜ੍ਹਾ ਸਮਾਂ ਹੋਰ ਦਿੱਤੇ ਜੇ ਭਾਰਤ ਸਰਕਾਰ ਨੂੰ, ਅਸੀਂ ਹਲਫਨਾਮਾ ਦੇ ਦਿਆਂਗੇ। ਅਤੇ ਜਦੋਂ ਇੱਕ ਤਰਫਾ ਲੱਗਿਆ ਵੀ ਇਹ ਤਾਂ ਪਟੀਸ਼ਨਰ ਦੇ ਹੱਕ ਵਿੱਚ ਕੇਸ ਜਾ ਰਿਹਾ, ਸਾਡੀ ਸਰਕਾਰ ਦੇ ਖਿਲਾਫ ਜਾ ਰਿਹਾ ਹੈ, ਅਤੇ ਫਿਰ ਇਹ ਰਾਜਨੀਤਿਕ ਇੱਕ ਘਟਨਾ ਵਾਪਰੀ ਦੇਸ਼ ਵਿੱਚ। ਭਾਰਤੀ ਜਨਤਾ ਪਾਰਟੀ ਕੌਮੀ ਪਾਰਟੀ ਹੈ, ਉਹਨੇ ਆਪਣੇ ਚੋਣ ਵਾਅਦੇ ਤੋਂ ਪਾਸੇ ਜਾ ਕੇ ਹਲਫਨਾਮਾ ਸੁਪਰੀਮ ਕੋਰਟ ਵਿੱਚ ਦਾਖਲ ਕਰ ਦਿੱਤਾ। ਜੇ ਐਮ ਐਸ ਫਾਰਮੂਲਾ ਭਾਰਤ ਸਰਕਾਰ ਮੰਨਦੀ ਹੈ, ਦੇਸ਼ ਵਿੱਚ ਗੜਬੜ ਪੈਦਾ ਹੋ ਜਾਏਗੀ, ਦੇਸ਼ ਦਾ ਬਾਜ਼ਾਰ ਡਗਮਗਾ ਜਾਏਗਾ। ਦੇਸ਼ ਦੇ ਕਿਸਾਨਾਂ ਦਾ ਸਵਾਲ ਹੈ ਰਾਜਨੀਤਿਕ ਪਾਰਟੀਆਂ ਦੇ ਜਾਂ ਖਾਸ ਤੌਰ 'ਤੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ, ਵੀ ਜਦੋਂ ਤੁਸੀਂ ਚੋਣ ਵਾਅਦੇ ਰਾਹੀਂ ਵੋਟਾਂ ਲੁੱਟਰੀਆਂ ਨੇ, ਸਰਕਾਰ ਚਾਹੇ ਕਿਸੇ ਸੂਬੇ 'ਚ ਬਣਾਉਣੀ ਹੈ ਚਾਹੇ ਦੇਸ਼ ਵਿੱਚ ਬਣਾਉਣੀ ਹੈ, ਉਦੋਂ ਤਾਂ ਦੇਸ਼ ਵਿੱਚ ਗੜਬੜ ਨਹੀਂ ਪੈਦਾ ਹੁੰਦੀ, ਉਦੋਂ ਕੋਈ ਮਹਿੰਗਾਈ ਨਹੀਂ ਫੈਲਦੀ। ਅਤੇ ਜਦੋਂ ਮਾਂ ਝੂਠ ਬੋਲ ਕੇ ਅਦਾਲਤ ਨੂੰ ਗਬਰਾਹ ਕਰਕੇ ਹਲਫਨਾਮਾ ਦੇ ਕੇ ਉਸ ਰਿੱਟ ਦੇ ਵਿੱਚ ਵਾਅਦਾ ਖਿਲਾਫੀ ਕਰੋੜਾਂ ਕਿਸਾਨਾਂ ਦਾ ਕੀਤੀ, ਇਹਨਾਂ ਦਾ ਚਿਹਰਾ ਕਿਸਾਨ ਵਿਰੋਧੀ ਨੰਗਾ ਹੋ ਗਿਆ ਸੀ। ਅਸੀਂ ਉਦੋਂ ਤੋਂ ਲੈ ਕੇ ਭਾਰਤੀ ਕਿਸਾਨ ਆਪਣੇ ਜਨਤਾ ਪਾਰਟੀ ਦਾ ਚਿਰਾਏ ਭਾਂਡਾ ਭੰਨ ਕੇ ਲਾਲ ਬਹਾਦਰ ਸ਼ਾਸਤਰੀ ਦੀ ਸਮਾਧੀ 'ਤੇ 2 ਅਕਤੂਬਰ ਨੂੰ ਹਰ ਸਾਲ ਕਿਸਾਨ ਇਕੱਠਾ ਹੁੰਦਾ ਹੈ। ਅਸੀਂ 50,000 ਦੀ ਇੱਕ ਕਿਸਾਨਾਂ ਦੀ ਪੰਚਾਇਤ ਕਰਕੇ ਸਤਨਾਮ ਸਿੰਘ ਬਹਿਰੂ ਦੀ ਅਗਵਾਈ ਵਿੱਚ, ਅਤੇ ਅਸੀਂ ਉੱਥੇ ਰੈਜੂਲੇਸ਼ਨ ਕਰਤਾ। ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਇਹ ਕਿਸਾਨ ਵਿਰੋਧੀ ਹੈ, ਅਸੀਂ ਇਹਦਾ ਸੁਪਰੀਮ ਕੋਰਟ ਦਾ ਹਵਾਲਾ ਦੇ ਕੇ ਇਹਨੂੰ ਕਿਸਾਨਾਂ ਦਾ ਵੱਡਾ ਦੁਸ਼ਮਣ ਮੰਨ ਕੇ 2017 ਤੋਂ ਚੱਲ ਰਹੇ ਹਾਂ। ਅੱਜ ਸਾਡੀ ਗੱਲ ਸੱਚੀ ਨਿਕਲੀ, ਜਿਹੜੇ ਆ ਮੌਤ ਦੇ ਬਰੰਟਾਂ ਵਾਲੇ, ਜਦੋਂ ਦੇਸ਼ ਮਹਾਂਮਾਰੀ ਦਾ ਸ਼ਿਕਾਰ ਹੋ ਰਿਹਾ ਸੀ, ਐਡਾ ਮੌਤ ਵਰਗਾ ਮਾਹੌਲ ਬਣਿਆ ਸੀ ਦੁਨੀਆ ਵਿੱਚ, ਭਾਰਤ ਵਿੱਚ, ਸੂਬਿਆਂ ਵਿੱਚ, ਅਤੇ ਚੋਰੀ ਚੋਰੀ ਜਿਹੜਾ ਕਾਰਪੋਰੇਟ ਘਰਾੜਿਆਂ 'ਤੇ ਜ਼ਮੀਨਾਂ ਦਾ ਕਬਜ਼ਾ ਕਰਾਉਣ ਲਈ, ਜਾਇਦਾਦਾਂ ਲੁੱਟਣ ਲਈ, ਖੂਨ ਪਸੀਨੇ ਦੀ ਕਮਾਈ ਲੁੱਟਣ ਲਈ ਇਹਨੇ ਜਿਹੜਾ ਕਾਨੂੰਨ ਬਣਾਇਆ, ਉਹ ਤਿੰਨੇ ਆਰਡੀਨੈਂਸ ਹੁਣ ਬਿੱਲ ਦਾ ਰੂਪ ਧਾਰ ਗਏ। ਹੁਣ ਸਾਨੂੰ ਮਤਾਂ ਦਿੰਦੇ ਨੇ, ਜਿਹੜਾ ਕਿਸਾਨ ਮੋਰਚਾ ਲੱਗਿਆ ਹੈ, ਅਸੀਂ 2 ਮਹੀਨੇ ਪੰਜਾਬ ਤੋਂ ਸ਼ੁਰੂ ਕਰਕੇ ਹਰਿਆਣੇ ਵਿੱਚ, ਯੂਪੀ ਵਿੱਚ, ਮੱਧ ਪ੍ਰਦੇਸ਼ 'ਚ, ਰਾਜਸਥਾਨ ਤੋਂ ਸ਼ੁਰੂ ਕਰਕੇ ਅਸੀਂ ਕਿਸਾਨਾਂ ਨੂੰ ਸਮਝਾਉਣ ਵਿੱਚ ਜਾਗਰੂਕ ਹੋ ਗਏ। ਕਿਸਾਨਾਂ ਨੇ ਸਾਡੇ 'ਤੇ ਭਰੋਸਾ ਕਰਕੇ ਦਿੱਲੀ ਵੱਲੇ ਵੀਰਾਂ ਕੱਤੀਆਂ। ਅੱਜ 1.5 ਮਹੀਨੇ ਤੋਂ ਉੱਤੇ ਵੱਧ ਹੋ ਗਿਆ ਸਮਾਂ, ਅਤੇ ਜਦੋਂ ਅਸੀਂ ਮੀਟਿੰਗਾਂ ਸਾਡੇ ਸੰਯੁਕਤ ਕਿਸਾਨ ਮੋਰਚੇ ਨਾਲ, ਖੇਤੀਬਾੜੀ ਮੰਤਰੀ ਭਾਰਤ ਦੇ ਨਾਲ ਮੀਟਿੰਗਾਂ ਹੁੰਦੀਆਂ ਨੇ, ਉਦੋਂ ਰਾਗ ਲਾਪਿਆ ਜਾਂਦਾ ਹੈ ਬਈ ਤੁਸੀਂ ਕੋਈ ਕਮੇਟੀ ਬਣਾ ਲਓ, ਜਾਂ ਕਾਨੂੰਨ ਦੇ ਵਿੱਚ ਅਸੀਂ ਕੋਈ ਦਖਲ ਨਹੀਂ ਦੇ ਸਕਦੇ। ਅਸੀਂ ਪੁੱਛਣਾ ਚਾਹੁੰਦੇ ਹਾਂ ਬਈ ਕਮੇਟੀਆਂ ਤਾਂ ਬਹੁਤ ਵੱਡੀਆਂ, ਬੜੇ ਲੰਬੇ ਸਮੇਂ ਤੋਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ, ਬਣਦੀਆਂ ਰਹੀਆਂ, ਕਿਸੇ ਇੱਕ ਵੀ ਕਮੇਟੀ ਦਾ ਹਵਾਲਾ ਦੇ ਦਿਓ ਵੀ ਉਸ ਕਮੇਟੀ ਦੀਆਂ ਸਿਫਾਰਸ਼ਾਂ ਭਾਰਤ ਸਰਕਾਰ ਦੇ ਜਾਂ ਕਿਸੇ ਸੂਬਾ ਸਰਕਾਰ ਦੇ ਮੰਨੀਆਂ ਹੋਣ। ਕਮੇਟੀਆਂ ਦਾ ਨਾਂ ਹੀ ਸੁਣਨਾ ਸਾਡੇ ਵਾਸਤੇ ਪਾਪ ਹੈ। 8 ਤਰੀਕ ਨੂੰ ਮੈਂ ਦੱਸਣਾ ਚਾਹੁੰਦਾ ਭਾਰਤ ਦੇ ਲੋਕਾਂ ਨੂੰ, ਦੁਨੀਆ ਦੇ ਲੋਕਾਂ ਨੂੰ, ਸੰਯੁਕਤ ਕਿਸਾਨ ਮੋਰਚੇ ਦੀ ਫਿਰ ਭਾਰਤ ਸਰਕਾਰ ਨਾਲ ਮੀਟਿੰਗ ਹੋਈ, ਅਤੇ ਉੱਥੇ ਫਿਰ ਸਾਨੂੰ ਜਾਲ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ। 40 ਕਿਸਾਨ ਲੀਡਰ ਸੀ ਉਹਦੀ ਅਗਵਾਈ ਕਰ ਰਹੇ ਉਸ ਮੀਟਿੰਗ ਦੀ, 8 ਤਰੀਕ ਨੂੰ, 8 ਜਨਵਰੀ ਨੂੰ। ਫਿਰ ਸਾਨੂੰ ਪੱਤਾ ਖੇਡਿਆ ਗਿਆ, ਆਓ ਤੁਹਾਡੀ ਵੀ ਅਣਖ ਰਹਿ ਜਾਏ, ਸਾਡੀ ਵੀ ਅਣਖ ਰਹਿ ਜਾਏ, ਤੁਸੀਂ ਸੁਪਰੀਮ ਕੋਰਟ ਦਾ ਆਪਾਂ ਫੈਸਲਾ ਮੰਨ ਲਈਏ। ਅਤੇ ਸਾਡੇ ਸੰਯੁਕਤ ਮੋਰਚੇ ਨੇ ਉਦੋਂ ਸਜ਼ਾ ਭਾਰਤ ਸਰਕਾਰ ਦਾ, ਖੇਤੀਬਾੜੀ ਮੰਤਰੀ ਦਾ ਠੁਕਰਾ ਦਿੱਤਾ, ਇਹ ਕਿਸਾਨ ਅੰਦੋਲਨ ਹੈ, ਭਾਰਤ ਸਰਕਾਰ ਦੇ ਕਾਲੇ ਕਾਨੂੰਨ ਜਿਹੜੇ ਬਣਾਏ ਨੇ ਇਹ ਅਸੀਂ ਵਾਪਸ ਕਰਾ ਕੇ ਮੁੜਨਾ ਹੈ, ਅਤੇ ਐਮ ਐਸ ਸੀ ਪਾਰਲੀਮੈਂਟ ਸੈਸ਼ਨ ਬੁਲਾਓ, ਉਹਦਾ ਕਾਨੂੰਨੀ ਮਾਨਤਾ ਦਿਓ, ਤਾਂ ਅਸੀਂ ਵਾਪਸ ਜਾਵਾਂਗੇ। ਦੂਜਾ, ਉਦੋਂ ਵੀ ਇਹਨਾਂ ਨੇ ਸੁਝਾਅ ਦਿੱਤਾ ਸੀ ਬਈ ਜੇ ਤੁਸੀਂ ਸੁਪਰੀਮ ਕੋਰਟ ਦੇ ਫੈਸਲੇ ਤੋਂ ਇਨਕਾਰੀ ਹੋ, ਕੋਈ ਕਮੇਟੀ ਬਣਾ ਲਓ। ਅਸੀਂ ਕਮੇਟੀ ਦੇ ਵਿੱਚ ਵੀ ਵਿਸ਼ਵਾਸ ਨਹੀਂ ਰੱਖਿਆ, ਕਿਉਂਕਿ ਅਸੀਂ ਮਿਸਾਲਾਂ ਦਿੱਤੀਆਂ, ਜਿਹੜਾ ਐਮ ਐਸ ਸਵਾਮੀਨਾਥਨ ਕੋਈ ਛੋਟਾ ਬੰਦਾ ਨਹੀਂ, ਜਿਹੜਾ ਕਾਂਗਰਸ ਨੇ ਉਹ ਆਪਦਾ ਕਮਿਸ਼ਨ ਬਣਾ ਕੇ ਨਹੀਂ ਮੰਨਿਆ, ਅਤੇ ਤੂੰ ਉਸ ਕਮਿਸ਼ਨ 'ਤੇ ਰੋਟੀਆਂ ਸੇਕ ਕੇ ਗਬਰਾਹ ਕਰਕੇ ਫਿਰ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦੇ ਕੇ ਤੋੜਿਆ ਹੈ। ਅਸੀਂ ਕਿਸੇ ਕਮੇਟੀ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ। ਬੜੇ ਬੜੇ ਇਹਦਾ ਕਦਮ ਅੱਗੇ ਚੁੱਕੇ ਨਰਿੰਦਰ ਮੋਦੀ ਨੇ, ਕਦੇ ਸਾਨੂੰ ਬਹੁਤ ਸਾਰੇ ਗਲਤ ਨਾਵਾਂ ਨਾਲ ਸੰਬੋਧਨ ਕੀਤਾ, ਅਤੇ ਜੇ ਅੱਜ ਕਮੇਟੀ ਦੀ ਫੂਕ ਨਿਕਲ ਗਈ ਤਾਂ ਇਹ ਵੀ ਇੱਕ ਸ਼ਾਂਤਮਈ ਅੰਦੋਲਨ ਦਾ ਇੱਕ ਵਧਵਾ ਕਦਮ, ਜਿੱਤ ਵਾਲਾ ਕਦਮ ਹੈ। ਮੈਂ ਨਰਿੰਦਰ ਮੋਦੀ ਨੂੰ ਦੀਵਾਰ 'ਤੇ ਲਿਖਿਆ ਪੜ੍ਹਨ ਬਾਰੇ ਕਹਿਣਾ ਚਾਹੁੰਦਾ ਵਾਂ, ਮੋਦੀ ਸਾਹਿਬ ਤੇਰਾ ਹਰਿਆਣੇ ਦਾ ਮੁੱਖ ਮੰਤਰੀ ਭੱਜ ਗਿਆ,
ਜਨਤਾ ਵਿੱਚੋਂ ਉਹਨੇ ਐਲਾਨ ਕੀਤਾ ਹੈ ਵੀ ਮੈਂ ਹੁਣ ਪਿੰਡਾਂ ਵਿੱਚ ਨਹੀਂ ਜਾਵਾਂਗਾ ਅਤੇ ਤੂੰ ਦੁਨੀਆ ਦੇ ਵੱਡੇ ਵੱਡੇ ਮੁਲਕਾਂ 'ਚ ਸੂਟ ਬੂਟ ਪਾ ਕੇ ਦੌਰੇ ਕਰਦਾ ਸੀ, ਤੇਰੇ ਵੀ ਦੌਰੇ ਉਹ ਬੰਦ ਹੋ ਗਏ ਅਤੇ ਤੇਰੇ ਵੀ ਦੋ ਤਿੰਨਾਂ ਸੂਬਿਆਂ ਦੇ ਦੌਰੇ ਰਹਿ ਗਏ, ਤੁਸੀਂ ਦੁਆਰ 'ਤੇ ਪੜ੍ਹੋ, ਸਾਡਾ ਤੇਰੇ ਨਾਲ ਕੋਈ ਰੌਲਾ ਨਹੀਂ, ਸਾਡਾ ਰੌਲਾ ਸਿਰਫ ਅਤੇ ਸਿਰਫ ਜਿਹੜੇ ਕਿਸਾਨਾਂ ਦੇ ਮੌਤ ਦੇ ਬਰੰਟ ਦੇ ਤਿੰਨੇ ਆਲਦੀਨੈਸ ਜਿਹੜੇ ਕਾਨੂੰਨ ਦਾ ਸ਼ਕਲ ਲੈ ਕੇ ਉਹਨਾਂ ਨੂੰ ਖਤਮ ਕਰਾਉਣਾ, ਉਹਨਾਂ ਨੂੰ ਫੂਕ ਕੇ ਅਸੀਂ ਜਾਣਾ ਹੈ, ਔਰ ਐੱਮ ਐੱਸ ਸੀ ਦਾ ਜਿਹੜਾ ਮੁੱਦਾ ਹੈ ਉਹ ਅਸੀਂ ਕਾਨੂੰਨੀ ਮਾਨਤਾ ਲੈ ਕੇ ਇੱਥੋਂ ਵਾਪਸ ਜਾਣਾ ਹੈ, ਕਿਉਂਕਿ ਕੋਈ ਵੀ ਪ੍ਰਧਾਨ ਮੰਤਰੀ ਆਵੇ ਦੇਸ਼ ਦਾ ਉਹ ਇਹਦੇ ਨਾਲ ਕੋਈ ਛੇੜਛਾੜ ਐੱਮ ਐੱਸ ਸੀ ਨਾਲ ਸਰਕਾਰੀ ਕੀਮਤ ਨਾਲ ਛੇੜਛਾੜ ਨਾ ਕਰ ਸਕੇ ਔਰ ਪ੍ਰਾਈਵੇਟ ਸੈਕਟਰ ਨੂੰ ਖੁੱਲ੍ਹਣ ਦਾ ਮੰਡੀਆਂ ਤੋੜ ਕੇ ਦੇ ਸਕੇ, ਕਿਸਾਨਾਂ ਦੀ ਖੋੜ ਪਸੇੜੇ ਦੀ ਕਮਾਈ ਲੁੱਟਣ ਦਾ ਮੌਕਾ ਨਾ ਦੇ ਸਕੇ ਔਰ ਜ਼ਮੀਨਾਂ ਦੇ ਕਬਜ਼ੇ ਕਰਾਉਣ ਵਾਲੀ ਜਿਹੜੀ ਨੀਤੀ ਹੈ ਇਹ ਚੱਕਦਾ ਚੂਰ ਕਰਕੇ ਅਸੀਂ ਵਾਪਸ ਜਾਵਾਂਗੇ। ਮੈਂ ਵਿਸ਼ੇਸ਼ ਕਰਕੇ ਜਿਹੜਾ ਮੀਡੀਆ ਸਾਡੀ ਇੱਕ ਆਵਾਜ਼ ਬਣਿਆ ਹੈ, ਉਹ ਜਿਹੜਾ ਬੋਧੀ ਮੀਡੀਆ ਉਹਦੀ ਨਹੀਂ ਮੈਂ ਗੱਲ ਕਰਦਾ, ਜਿਹੜੇ ਟਾਵੇਂ ਟਾਵੇਂ ਮੀਡੀਆ ਵਾਲੇ ਸਾਡੇ ਸਪੋਰਟ 'ਤੇ ਆਏ ਨੇ, ਦੁਨੀਆਂ ਦੇ ਲੋਕ ਸਪੋਰਟ 'ਤੇ ਆਏ ਨੇ, ਉਹਨਾਂ ਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਤਨਾਮ ਸਿੰਘ ਬਹਿਰੂ ਵੱਲੋਂ ਸਵਾਗਤ ਹੈ। ਸਾਡੀ ਤੁਸੀਂ ਆਵਾਜ਼ ਬਣਿਓ, ਸਾਨੂੰ ਜਿੱਤ ਦੇ ਮੈਦਾਨ ਵਿੱਚ ਅੱਗੇ ਵਧਾਇਆ ਹੈ, ਅਸੀਂ ਬਹੁਤ ਬਹੁਤ ਤੁਹਾਡੇ ਸ਼ੁਕਰਗੁਜ਼ਾਰ ਹਾਂ। ਅਸੀਂ ਸਮੇਂ ਸਮੇਂ ਤੁਹਾਨੂੰ ਯਾਦ ਕਰਦੇ ਰਹਾਂਗੇ, ਤੁਸੀਂ ਸਾਡੇ ਔਖੇ ਵੇਲੇ ਸਾਡੀ ਬਾਂਹ ਫੜ ਕੇ ਦੁਨੀਆਂ ਦੇ ਲੋਕਾਂ 'ਚੋਂ ਸੱਚ ਸਾਹਮਣੇ ਲਿਆ ਕੇ ਤੁਸੀਂ ਦਖੇੜ ਕੇ ਗੱਲ ਰੱਖੀ, ਅੰਦੋਲਨਕਾਰੀ ਇਨਸਾਫ ਪਸੰਦ ਨੇ, ਸ਼ਾਂਤਮਈ ਨੇ ਔਰ ਇਸ ਜਿਹੜੇ ਮੀਡੀਆ ਨੇ ਸਾਡੀ ਬਾਂਹ ਫੜੀ, ਮੈਂ ਬਹੁਤ ਬਹੁਤ ਉਹਨਾਂ ਦਾ ਵਿਸ਼ੇਸ਼ ਕਰਕੇ ਕਿਸਾਨ ਅੰਦੋਲਨ ਵੱਲੋਂ ਜਾਂ ਕਿਸਾਨ ਮੋਰਚੇ ਵੱਲੋਂ ਸਵਾਗਤ ਕਰਦਾ ਹੋਇਆ ਫਤਿਹ ਬੁਲਾਣਾ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਕਿਸਾਨ ਮੋਰਚਾ, ਕਿਸਾਨ ਮੋਰਚਾ, ਬਹੁਤ ਬਹੁਤ